ਆਪ ਸਭ ਇਹ ਤਾਂ ਜਾਣਦੇ ਹੀ ਹੋ ਕਿ ਸਿੱਖ ਕੌਮ ਦੇ ਵਿੱਚ ਮਹਾਨ ਜਰਨੈਲ, ਸੰਤ ਸਿਪਾਹੀ ਅਤੇ ਵੱਡੇ ਯੋਧੇ, ਸੂਰਵੀਰ ਯੋਧੇ ਹੋਏ ਨੇ। ਇਸ ਦੇ ਨਾਲ ਹੀ ਸਿੱਖ ਕੌਮ ਨੇ ਸੂਝਵਾਨ ਸਿਆਸਤਦਾਨਾਂ ਨੂੰ ਵੀ ਜਨਮ ਦਿੱਤਾ ਹੈ। ਇਹਨਾਂ ਸੂਝਵਾਨ ਸਿਆਸਤਦਾਨਾਂ ਵਿੱਚੋਂ ਇੱਕ ਹੋਏ ਸਨ ਸਰਦਾਰ ਬਘੇਲ ਸਿੰਘ ਜੀ, ਜਿਨ੍ਹਾਂ ਦੀ ਸੂਝਵਾਨਤਾ ਦਾ ਇੱਕ ਵਾਕਿਆ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਹ ਵਾਕਿਆ ਹੈ 1778 ਈਸਵੀ ਦਾ, ਜਿਸ ਵੇਲੇ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਹੁੰਦਾ ਸੀ ਅਤੇ ਉਸਦਾ ਕਹਿੰਦੇ ਹੈ ਕਿ ਇੱਕ ਵਜ਼ੀਰ ਸੀ ਅਬਦੁਲ ਅਹਿਦ ਖਾਨ, ਜੋ ਕਿ ਇੱਕ ਨੰਬਰ ਦਾ ਚਾਪਲੂਸ, ਚਲਾਕ ਅਤੇ ਮੌਕਾ ਪ੍ਰਸਤ ਵਿਅਕਤੀ ਸੀ। ਕਹਿੰਦੇ ਨੇ ਕਿ ਉਸਦਾ ਇੱਕ ਭਰਾ ਸੀ ਜੋ ਕਿ ਸਰਦਾਰ ਦੇਸੂ ਸਿੰਘ ਜੀ ਦੀ ਫੌਜ ਹੱਥੋਂ ਇੱਕ ਜੰਗ ਦੇ ਵਿੱਚ ਮਾਰਿਆ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਸਨੇ ਆਪਣੇ ਕੁਝ ਜਰਨੈਲ ਅਤੇ ਇੱਕ ਫੌਜ ਜਿਹੜੀ ਹੈ ਭੇਜੀ ਸੀ ਸਿੱਖਾਂ ਕੋਲੋਂ ਹਿੰਸਾਰ ਦਾ ਇਲਾਕਾ ਛੁਡਵਾਉਣ ਦੇ ਲਈ, ਅਤੇ ਜੀਂਦ ਦੇ ਰਾਜੇ ਸਰਦਾਰ ਗਜਬਤ ਸਿੰਘ ਅਤੇ ਪਟਿਆਲੇ ਦੀ ਫੌਜ ਕੋਲੋਂ ਉਹਨਾਂ ਨੂੰ ਮਾਤ ਖਾਣੀ ਪਈ ਅਤੇ ਉਸੇ ਤਰ੍ਹਾਂ ਵਾਪਸ ਮੁੜਨਾ ਪਿਆ ਸੀ। ਇਹ ਕੁਝ ਕਾਰਨਾਂ ਕਰਕੇ ਉਹ ਸਿੱਖਾਂ ਦਾ ਵੈਰੀ ਬਣ ਗਿਆ ਸੀ ਅਤੇ ਸਿੱਖਾਂ ਦੇ ਖੂਨ ਦਾ ਪਿਆਸਾ ਹੋ ਚੁੱਕਾ ਸੀ ਅਤੇ ਉਹ ਇਹ ਸੋਚ ਰਿਹਾ ਸੀ ਕਿ ਹੁਣ ਮੈਂ ਕਿਵੇਂ ਆਪਣੇ ਭਰਾ ਦਾ ਬਦਲਾ ਅਤੇ ਆਪਣੇ ਉਸ ਜੰਗ ਦਾ ਬਦਲਾ ਸਿੱਖਾਂ ਕੋਲੋਂ ਲਵਾਂ ਅਤੇ ਉਹਨਾਂ ਨੂੰ ਤਬਾਹ ਕਰ ਦੇਵਾਂ। ਫਿਰ ਉਸ ਵਜ਼ੀਰ ਨੇ ਦਿੱਲੀ ਦੀ ਹਕੂਮਤ ਨਾਲ ਮਿਲ ਕੇ ਇਹ ਵਿਉਂਤ ਰਚਣੀ ਸ਼ੁਰੂ ਕੀਤੀ ਕਿ ਸਿੱਖਾਂ ਨੂੰ ਕਿਵੇਂ ਹਰਾਇਆ ਜਾਵੇ। ਹੁਣ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਹਰ ਇੱਕ ਹਕੂਮਤ ਜਿਹੜੀ ਹੈ ਅਪਣਾਉਂਦੀ ਆਈ ਹੈ। ਸੋ ਉਸ ਵੇਲੇ ਜਿਹੜਾ ਕੋਈ ਇਸ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਤੋਂ ਬਚ ਜਾਂਦਾ ਸੀ, ਇਸ ਵਾਰ ਤੋਂ ਬਚ ਜਾਂਦਾ ਸੀ, ਅੰਤ ਵਿੱਚ ਉਹੀ ਕੌਮਾਂ ਜਿਹੜੀਆਂ ਨੇ ਰਾਜ ਕਰਦੀਆਂ ਸੀ, ਰਾਜਪਾਟ ਸੰਭਾਲਦੀਆਂ ਸੀ। ਉਸ ਵੇਲੇ ਦੀ ਗੱਲ ਕਰਦੇ ਹਾਂ ਹੁਣ, ਤਾਂ ਉਸਨੇ ਵੀ ਇਹੀ ਕਰਨਾ ਚਾਹਿਆ। ਉਹ ਸੋਚਣ ਲੱਗਾ ਕਿ ਮੈਂ ਸਿੱਖਾਂ ਦੇ ਵਿੱਚ ਫੁੱਟ ਕਿਵੇਂ ਪਵਾਵਾਂ। ਅਤੇ ਉਹ ਜਿਹੜਾ ਸਮਾਂ ਸੀ ਉਸ ਵਕਤ ਸਿੱਖਾਂ ਦੇ ਆਪਸ ਦੇ ਵਿੱਚ ਕਾਫੀ ਮਨਮੁਟਾਵ ਚੱਲ ਰਹੇ ਸੀ ਅਤੇ ਜਦੋਂ ਵਜ਼ੀਰ ਅਬਦੁਲ ਅਹਿਦ ਖਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹਿਆ। ਪਰ ਉਹ ਇਹ ਨਹੀਂ ਸੀ ਜਾਣਦਾ ਕਿ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਜਿੰਨੇ ਮਰਜ਼ੀ ਮਨਮੁਟਾਵ ਹੋਵੇ, ਪਰ ਜਦੋਂ ਕੋਈ ਬਾਹਰਲਾ ਦੁਸ਼ਮਣ ਉਹਨਾਂ 'ਤੇ ਵਾਰ ਕਰਦਾ ਸੀ ਤਾਂ ਉਹ ਇੱਕ ਮੁੱਠ ਹੋ ਜਾਂਦੇ ਸੀ। ਸੋ ਇਸੇ ਤਰ੍ਹਾਂ ਉਸਨੇ ਦਿੱਲੀ ਹਕੂਮਤ ਦੇ ਨਾਲ ਮਿਲ ਕੇ ਇੱਕ ਮੀਟਿੰਗ ਫਿਕਸ ਕਰਦਾ ਹੈ ਦਿੱਲੀ ਦੇ ਸ਼ਾਲੀਮਾਰ ਬਾਗ ਦੇ ਵਿੱਚ, ਜਿੱਥੇ ਕਿ ਸਰਦਾਰ ਬਘੇਲ ਸਿੰਘ ਜੀ ਦੇ ਨਾਲ ਹੋਰ ਵੀ ਕਈ ਸਰਦਾਰ ਅਤੇ ਕਈ ਰਾਜੇ ਜਿਹੜੇ ਨੇ ਸਿੱਖਾਂ ਦੇ ਉਹ ਉੱਥੇ ਪਹੁੰਚਦੇ ਨੇ ਅਤੇ ਉਹ ਆਪ ਵਜ਼ੀਰ ਅਬਦੁਲ ਅਹਿਦ ਖਾਨ ਖੁਦ ਉੱਥੇ ਪਹੁੰਚਦਾ ਹੈ ਉਹਨਾਂ ਨੂੰ ਮਿਲਣ ਦੇ ਲਈ। ਬਾਦਸ਼ਾਹ ਆਲਮ ਸ਼ਾਹ ਵੱਲੋਂ ਤੋਹਫ਼ੇ ਲੈ ਕੇ, ਨਜ਼ਰਾਨੇ ਲੈ ਕੇ ਉਹਨਾਂ ਨੂੰ ਮਿਲਣ ਲਈ ਪਹੁੰਚਦਾ ਹੈ ਅਤੇ ਉਹ ਨਜ਼ਰਾਨੇ ਆਪ ਸਰਦਾਰਾਂ ਨੂੰ, ਰਾਜਿਆਂ ਨੂੰ ਭੇਟ ਕਰਦਾ ਹੈ ਅਤੇ ਉਹਨਾਂ ਅੱਗੇ ਮਿੱਤਰਤਾ ਦਾ ਹੱਥ ਵਧਾਉਂਦਾ ਹੈ। ਹੁਣ ਇੱਥੇ ਸਰਦਾਰ ਬਘੇਲ ਸਿੰਘ ਜੀ ਸਮਝ ਜਾਂਦੇ ਨੇ, ਭਾਂਪ ਜਾਂਦੇ ਨੇ ਕਿ ਇਹ ਜਿਹੜੇ ਮੁਗਲ ਨੇ, ਇਹ ਜਿਹੜਾ ਵਜ਼ੀਰ ਹੈ, ਇਹ ਸਾਡੇ ਖਿਲਾਫ ਕੋਈ ਸਾਜਿਸ਼ ਰਚ ਰਿਹਾ ਹੈ। ਇਸ ਲਈ ਉਹ ਚੁੱਪ ਰਹਿੰਦੇ ਨੇ ਅਤੇ ਪੂਰਾ ਮਾਮਲਾ ਜਿਹੜਾ ਹੈ ਉਹ ਭਾਪਣ ਲੱਗ ਜਾਂਦੇ ਨੇ। ਇਸ ਲਈ
ਉਹ ਸਾਰੇ ਕੀ ਕਰਦੇ ਨੇ ਉਸ ਵੇਲੇ ਸ਼ਾਂਤ ਰਹਿੰਦੇ ਨੇ ਅਤੇ ਸਰਦਾਰ ਬਘੇਲ ਸਿੰਘ ਜੀ ਵਜ਼ੀਰ ਵੱਲੋਂ ਵਧਾਏ ਗਏ ਮਿੱਤਰਤਾ ਦੇ ਹੱਥ ਨੂੰ ਸਵੀਕਾਰ ਕਰ ਲੈਂਦੇ ਨੇ। ਕੁਝ ਦਿਨ ਮਗਰੋਂ ਵਜ਼ੀਰ ਅਬਦੁਲ ਅਹਿਦ ਖਾਨ ਸਰਦਾਰ ਬਘੇਲ ਸਿੰਘ ਜੀ ਕੋਲ ਜਾਂਦਾ ਹੈ ਅਤੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਤੁਹਾਡਾ ਸਾਥ ਚਾਹੀਦਾ ਹੈ। ਮਾਲਵੇ ਦਾ ਜੋ ਇਲਾਕਾ ਹੈ, ਜੋ ਪਹਿਲਾਂ ਦਿੱਲੀ ਹਕੂਮਤ ਦਾ ਹੀ ਹਿੱਸਾ ਸੀ, ਸਾਨੂੰ ਉਹ ਤੁਸੀਂ ਵਾਪਸ ਕਰਵਾ ਦਿਓ। ਇੱਥੇ ਸਰਦਾਰ ਬਘੇਲ ਸਿੰਘ ਜੀ ਸਮਝ ਜਾਂਦੇ ਨੇ, ਪਰ ਉਹ ਭੋਲੇ ਭਾਲੇ ਜੇ ਬਣ ਜਾਂਦੇ ਨੇ ਅਤੇ ਉਹਨੂੰ ਇਹ ਵਿਸ਼ਵਾਸ ਦਿਵਾਉਂਦੇ ਨੇ ਕਿ ਅਸੀਂ ਤੁਹਾਨੂੰ ਇਹ ਇਲਾਕਾ ਜ਼ਰੂਰ ਵਾਪਸ ਕਰਾਵਾਂਗੇ, ਅਸੀਂ ਤੁਹਾਡੇ ਨਾਲ ਹਾਂ, ਸਾਡਾ ਪੂਰਾ ਸਹਿਯੋਗ ਤੁਹਾਡੇ ਨਾਲ ਹੈ। ਤੁਸੀਂ ਮਾਲਵੇ ਦੀ ਕੀ ਗੱਲ ਕਰਦੇ ਹੋ, ਮੁਲਤਾਨ ਦਾ ਸਾਰਾ ਇਲਾਕਾ ਅਸੀਂ ਤੁਹਾਡੇ ਅਧੀਨ ਕਰਵਾ ਦਿਆਂਗੇ, ਦਿੱਲੀ ਹਕੂਮਤ ਦੇ ਵਿੱਚ ਸ਼ਾਮਿਲ ਕਰਾ ਦਿਆਂਗੇ। ਇਸ ਤਰ੍ਹਾਂ ਜਿਹੜਾ ਵਜ਼ੀਰ ਹੁੰਦਾ ਹੈ, ਵਜ਼ੀਰ ਅਬਦੁਲ ਅਹਿਦ ਖਾਨ, ਉਸਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਸਰਦਾਰ ਬਘੇਲ ਸਿੰਘ ਜੀ ਨੂੰ ਮੈਂ ਆਪਣੀਆਂ ਗੱਲਾਂ ਦੇ ਵਿੱਚ ਲੈ ਚੁੱਕਾ ਹਾਂ। ਪਰ ਉਹ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਕਿ ਸਰਦਾਰ ਬਘੇਲ ਸਿੰਘ ਜੀ ਉਸਦੀ ਚਾਲ ਨੂੰ ਪਹਿਲਾਂ ਹੀ ਭਾਂਪ ਚੁੱਕੇ ਨੇ। ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਸਾਰੀ ਗੱਲਬਾਤ, ਇਹ ਸਾਰੀ ਵਾਰਤਾ ਜਿਹੜੀ ਹੈ, ਵਜ਼ੀਰ ਜਾ ਕੇ ਬਾਦਸ਼ਾਹ ਆਲਮ ਸ਼ਾਹ ਨੂੰ ਦੱਸਦਾ ਹੈ ਤਾਂ ਬਾਦਸ਼ਾਹ ਜਿਹੜਾ ਹੈ ਉਸ ਨੂੰ ਹਾਮੀ ਭਰ ਦਿੰਦਾ ਹੈ। ਇਸ ਦੌਰਾਨ ਵਜ਼ੀਰ ਕਹਿੰਦਾ ਹੈ ਕਿ ਤੁਸੀਂ ਵੀ ਇਸ ਮੁਹਿੰਮ 'ਤੇ ਸਾਡੇ ਨਾਲ ਪੰਜਾਬ ਚੱਲੋ, ਪਰ ਬਾਦਸ਼ਾਹ ਉਸ ਵਕਤ ਇਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਸਾਡਾ ਵੱਡਾ ਪੁੱਤਰ, ਮੇਰਾ ਵੱਡਾ ਸ਼ਹਿਜ਼ਾਦਾ ਜਿਹੜਾ ਹੈ, ਬਿਮਾਰ ਹੈ, ਇਸ ਲਈ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ। ਪਰ ਉਸ ਵੇਲੇ ਬਾਦਸ਼ਾਹ ਆਪਣੇ ਦੂਸਰੇ ਪੁੱਤਰ ਨੂੰ ਵਜ਼ੀਰ ਅਬਦੁਲ ਅਹਿਦ ਖਾਨ ਦੇ ਨਾਲ ਮੁਹਿੰਮ ਦੇ ਉੱਤੇ ਭੇਜ ਦਿੰਦਾ ਹੈ ਅਤੇ ਨਾਲ ਹੀ ਇੱਕ ਵੱਡੀ ਫੌਜ, ਚੰਗੇ ਹਥਿਆਰ, ਤੋਪ, ਬਾਰੂਦ ਦੇ ਕੇ ਉਹ ਫੌਜ ਨੂੰ ਜਾਣ ਲਈ ਕਹਿ ਦਿੰਦਾ ਹੈ, ਆਪਣੀ ਮਨਜ਼ੂਰੀ ਦੇ ਦਿੰਦਾ ਹੈ। ਜਿਸ ਤੋਂ ਬਾਅਦ ਵਜ਼ੀਰ ਅਬਦੁਲ ਅਹਿਦ ਖਾਨ ਅਤੇ ਬਾਦਸ਼ਾਹ ਦਾ ਦੂਸਰਾ ਪੁੱਤਰ ਇੱਕ ਵੱਡੀ ਫੌਜ ਦੇ ਨਾਲ ਪੰਜਾਬ ਵੱਲ ਨੂੰ ਕੂਚ ਕਰਦੇ ਨੇ। ਅਤੇ ਉੱਧਰ ਸਰਦਾਰ ਬਘੇਲ ਸਿੰਘ ਜੀ ਕੀ ਕਰਦੇ ਨੇ, ਆਪਣਾ ਜਿਹੜਾ ਹੈ ਗੁਪਤਚਰ, ਉਸ ਨੂੰ ਭੇਜਦੇ ਨੇ ਪੰਜਾਬ ਵੱਲ ਅਤੇ ਆਪਣੀ ਸਾਰੀ ਸਕੀਮ ਬਾਰੇ ਸਿੱਖ ਰਾਜਿਆਂ ਅਤੇ ਮਿਸਲਾਂ ਦੇ ਸਰਦਾਰਾਂ ਨੂੰ ਪੂਰੀ ਜਾਣਕਾਰੀ ਦਿੰਦੇ ਨੇ ਤਾਂ ਕਿ ਉਹ ਪਹਿਲਾਂ ਹੀ ਆਪਣੀ ਪੂਰੀ ਤਿਆਰੀ ਖਿੱਚ ਲੈਣ। ਇਸ ਤਰ੍ਹਾਂ ਕੀ ਹੁੰਦਾ ਹੈ ਕਿ ਵਜ਼ੀਰ ਜਿਹੜਾ ਹੈ ਇੱਧਰੋਂ ਆਪਣੀ ਫੌਜ ਲੈ ਕੇ ਦਿੱਲੀ ਤੋਂ ਚੱਲ ਪੈਂਦਾ ਹੈ, ਕਿਉਂਕਿ ਉਸਨੂੰ ਇਹ ਹੁੰਦਾ ਹੈ ਕਿ ਸਰਦਾਰ ਬਘੇਲ ਸਿੰਘ ਵਰਗੇ ਜਿਹੜੇ ਵੱਡੇ ਯੋਧੇ ਨੇ ਇਹ ਮੇਰੇ ਹੱਕ 'ਚ ਨੇ, ਤਾਂ ਅਸੀਂ ਪੂਰਾ ਪੰਜਾਬ ਜਿਹੜਾ ਹੈ ਆਪਣੇ ਕਬਜ਼ੇ ਦੇ ਵਿੱਚ ਲੈ ਹੀ ਲੈਣਾ ਹੈ। ਪਰ ਉੱਧਰ ਸਰਦਾਰ ਬਘੇਲ ਸਿੰਘ ਜੀ ਬੜੀ ਸੂਝਵਾਨਤਾ ਦੇ ਨਾਲ ਆਪਣੀ ਚਾਲ ਪਹਿਲਾਂ ਹੀ ਚੱਲ ਚੁੱਕੇ ਹੁੰਦੇ ਨੇ ਅਤੇ ਸਾਰੇ ਸਿੱਖ ਰਾਜਿਆਂ ਨੂੰ ਅਤੇ ਨਾਲ ਦੀ ਨਾਲ ਮਿਸਲਾਂ ਦੇ ਸਰਦਾਰਾਂ ਨੂੰ ਪੂਰੀ ਸੂਚਨਾ ਜਿਹੜੀ ਹੈ ਇਸ ਗੱਲ ਦੀ ਦੇ ਚੁੱਕੇ ਹੁੰਦੇ ਨੇ। ਫਿਰ ਜਦੋਂ ਦਿੱਲੀ ਤੋਂ ਫੌਜਾਂ ਚੱਲਦੀਆਂ ਨੇ, ਸ਼ਾਹੀ ਫੌਜਾਂ ਚੱਲ ਕੇ ਕਰਨਾਲ ਪਹੁੰਚਦੀਆਂ ਨੇ, ਤਾਂ ਉੱਥੇ ਉਹਨਾਂ ਨੂੰ ਆ ਕੇ ਮਿਲਦੇ ਨੇ ਜੀਂਦ ਦੇ ਸਰਦਾਰ ਗਜਪਤ ਸਿੰਘ ਜੀ। ਹੁਣ ਗਜਪਤ ਸਿੰਘ ਜੀ ਜਦੋਂ ਉੱਥੇ ਪਹੁੰਚਦੇ ਨੇ ਤਾਂ ਵਜ਼ੀਰ ਜਿਹੜਾ ਹੈ ਪਹਿਲਾਂ ਹੀ ਉਸਨੂੰ ਇੰਨਾ ਜ਼ਿਆਦਾ ਆਪਣੇ 'ਤੇ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਕੋਲ ਤਾਂ ਵੱਡੀ ਫੌਜ ਹੈ, ਕੋਈ ਵੀ ਘਬਰਾ ਜਾਵੇਗਾ। ਉਹ ਆਉਂਦੇ ਹੀ ਸਰਦਾਰ ਗਜਪਤ ਸਿੰਘ ਜੀ ਉਸਨੂੰ 2 ਲੱਖ ਰੁਪਇਆ ਨਜ਼ਰਾਨਾ ਦੇਣ ਲਈ ਤਿਆਰ ਹੋ ਜਾਂਦੇ ਨੇ। ਜਿਸ
ਦੌਰਾਨ ਉਹ ਹਾਂ ਕਰਦੇ ਨੇ, ਹਾਮੀ ਭਰਦੇ ਨੇ। ਵਜ਼ੀਰ ਜਿਹੜਾ ਹੈ ਖੁਸ਼ ਹੋ ਜਾਂਦਾ ਹੈ, ਉਹ ਸੋਚਦਾ ਹੈ ਕਿ ਮੇਰੀ ਐਡੀ ਵੱਡੀ ਫੌਜ ਵੇਖ ਕੇ ਸਰਦਾਰ ਗਜਪਤ ਸਿੰਘ ਜੀ ਘਬਰਾ ਗਏ ਨੇ। ਇਸ ਲਈ ਉਸ ਨੂੰ ਕੋਈ ਸ਼ੱਕ ਨਹੀਂ ਹੁੰਦਾ ਕਿ ਇਹ ਕਿਸੇ ਦੀ ਚਾਲ ਵੀ ਹੋ ਸਕਦੀ ਹੈ, ਅਤੇ ਉਹ ਇਸ ਨੂੰ ਰਾਜ਼ੀ ਹੋ ਜਾਂਦਾ ਹੈ ਅਤੇ ਖੁਸ਼ੀ ਖੁਸ਼ੀ 2 ਲੱਖ ਰੁਪਇਆ ਨਜ਼ਰਾਨਾ ਜਿਹੜਾ ਹੈ ਉਹ ਸਵੀਕਾਰ ਕਰ ਲੈਂਦਾ ਹੈ। ਜਿਸ ਦੌਰਾਨ ਕੀ ਹੁੰਦਾ ਹੈ ਅਤੇ ਜਿੱਦਾਂ ਸਮਾਂ ਥੋੜ੍ਹਾ ਬੀਤਦਾ ਹੈ, ਹੁਣ ਸਰਦਾਰ ਬਘੇਲ ਸਿੰਘ ਜੀ ਅਤੇ ਸਰਦਾਰ ਗਜਪਤ ਸਿੰਘ ਜੀ ਉਸਦੇ ਵਿਸ਼ਵਾਸਨੀ ਪਾਤਰਾਂ ਦੇ ਵਿੱਚੋਂ ਇੱਕ ਬਣ ਜਾਂਦੇ ਨੇ, ਉਹਨਾਂ ਦੇ ਸਲਾਹਕਾਰ ਬਣ ਜਾਂਦੇ ਨੇ। ਅਤੇ ਵਜ਼ੀਰ ਜਿਹੜਾ ਹੈ ਇਹਨਾਂ ਦੋਵਾਂ ਦੇ ਅਕੋਰਡਿੰਗਲੀ ਹੀ ਜਿਹੜਾ ਹੈ ਚੱਲਦਾ ਹੈ। ਫਿਰ ਕੀ ਹੁੰਦਾ ਹੈ ਕਿ ਜਦੋਂ ਇਸ ਦੌਰਾਨ ਕੋਈ ਵੀ ਸਿੱਖ ਫੌਜ ਦੇ ਵਿੱਚ ਭਰਤੀ ਹੋਣ ਲਈ ਆਉਂਦਾ ਹੈ, ਮੁਗਲ ਫੌਜ ਦੇ ਵਿੱਚ, ਸ਼ਾਹੀ ਫੌਜ ਦੇ ਵਿੱਚ ਭਰਤੀ ਹੋਣ ਲਈ ਆਉਂਦਾ ਹੈ, ਤਾਂ ਬਘੇਲ ਸਿੰਘ ਜੀ ਅਤੇ ਗਜਪਤ ਸਿੰਘ ਜੀ ਦੀ ਸਲਾਹ ਦੇ ਉੱਤੇ ਉਸ ਨੂੰ ਸ਼ਾਹੀ ਫੌਜ ਦੇ ਵਿੱਚ ਭਰਤੀ ਕਰ ਲਿੱਤਾ ਜਾਂਦਾ ਹੈ। ਅਤੇ ਇਹ ਵੀ ਨਹੀਂ ਕਿ ਕੋਈ ਆਮ ਸਿਪਾਹੀ, ਉਹਨਾਂ ਨੂੰ ਚੰਗੇ ਅਹੁਦੇ ਦਿੱਤੇ ਜਾਂਦੇ ਨੇ, ਵੱਡੇ ਅਹੁਦੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਚੰਗੇ ਹਥਿਆਰ ਉਹਨਾਂ ਨੂੰ ਦਿੱਤੇ ਜਾਂਦੇ ਨੇ। ਇਸ ਨਾਲ ਕੀ ਹੋਇਆ ਕਿ ਵਜ਼ੀਰ ਨੂੰ ਇਹ ਲੱਗ ਰਿਹਾ ਸੀ ਕਿ ਜਿਹੜੀ ਸਿੱਖ ਕੌਮ ਹੈ ਉਹ ਹੌਲੀ ਹੌਲੀ ਸਾਡੇ ਅਧੀਨ ਹੁੰਦੀ ਜਾ ਰਹੀ ਹੈ, ਪਰ ਹੋ ਕੀ ਰਿਹਾ ਸੀ ਕਿ ਵੱਡੇ ਅਹੁਦਿਆਂ 'ਤੇ ਜਿਹੜੇ ਹੈ ਸਿੱਖ ਕੌਮ ਦੇ ਬਸ਼ਿੰਦੇ ਬੈਠ ਰਹੇ ਸੀ, ਜਿਸ ਨਾਲ ਜਦੋਂ ਸ਼ਾਹੀ ਫੌਜਾਂ ਅੱਗੇ ਵੱਧ ਰਹੀਆਂ ਸੀ ਤਾਂ ਜਿਹੜੇ ਇਲਾਕਿਆਂ ਦੇ ਵਿੱਚ ਜਾ ਰਹੀਆਂ ਸੀ, ਤਾਂ ਜਦੋਂ ਉੱਥੋਂ ਦੇ ਇਲਾਕਿਆਂ ਦੇ ਚੌਧਰੀਆਂ ਨੂੰ ਇਹ ਗੱਲ ਪਤਾ ਲੱਗਦੀ ਸੀ ਤਾਂ ਉਹ ਸਿੱਖਾਂ ਦਾ ਨਾਮ ਸੁਣ ਕੇ ਪਹਿਲਾਂ ਹੀ ਭੱਜ ਜਾਂਦੇ ਸੀ। ਇਸ ਨਾਲ ਕੀ ਹੋਇਆ ਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ, ਦਿੱਲੀ ਦੀ ਜਿਹੜੀ ਹਕੂਮਤ ਹੈ, ਕਿ ਸਾਡੀ ਸ਼ਾਹੀ ਫੌਜ ਅੱਗੇ ਵੱਧ ਰਹੀ ਹੈ, ਪਰ ਅਸਲ ਦੇ ਵਿੱਚ ਸਿੱਖ ਆਪਣੇ ਠਾਣੇ ਬਣਾਉਂਦੇ ਜਾ ਰਹੇ ਸੀ। ਇਸ ਤੋਂ ਬਾਅਦ ਜਦੋਂ ਸ਼ਾਹੀ ਫੌਜ ਕੈਥਲ ਪਹੁੰਚਦੀ ਹੈ ਤਾਂ ਉੱਥੋਂ ਦੇ ਰਾਜੇ ਭਾਈ ਦੇਸੂ ਸਿੰਘ ਜੀ ਵਜ਼ੀਰ ਅਬਦੁਲ ਅਹਿਦ ਖਾਨ ਨੂੰ ਆ ਕੇ ਮਿਲਦੇ ਨੇ। ਫਿਰ ਵਜ਼ੀਰ ਉਹਨਾਂ ਨੂੰ 3 ਲੱਖ ਰੁਪਇਆ ਨਜ਼ਰਾਨਾ ਦੇਣ ਲਈ ਕਹਿੰਦਾ ਹੈ, ਪਰ ਭਾਈ ਦੇਸੂ ਜੀ ਕਹਿੰਦੇ ਨੇ ਕਿ ਮੈਂ ਸਿਰਫ 2 ਲੱਖ ਹੀ ਨਜ਼ਰਾਨਾ ਦੇ ਸਕਦਾ ਹਾਂ। ਜਿਸ ਤੋਂ ਬਾਅਦ ਹੰਕਾਰਿਆ ਹੋਇਆ ਵਜ਼ੀਰ ਉਸ ਰਕਮ ਨੂੰ ਵਧਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਹੁਣ ਤੁਸੀਂ ਮੈਨੂੰ 3 ਲੱਖ ਨਹੀਂ ਬਲਕਿ 5 ਲੱਖ ਰੁਪਇਆ ਨਜ਼ਰਾਨਾ ਦਵੋਗੇ। ਜਿਸ ਤੋਂ ਬਾਅਦ ਭਾਈ ਦੇਸੂ ਸਿੰਘ ਜੀ ਅੜ ਜਾਂਦੇ ਨੇ ਅਤੇ ਉਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਕੋਈ ਨਜ਼ਰਾਨਾ ਨਹੀਂ ਦੇਣਾ। ਵਜ਼ੀਰ, ਜਿਸ ਨੂੰ ਇਹ ਸੀ ਕਿ ਸਰਦਾਰ ਬਘੇਲ ਸਿੰਘ ਜੀ, ਸਰਦਾਰ ਗਜਪਤ ਸਿੰਘ ਜੀ ਮੇਰੇ ਨਾਲ ਨੇ, ਵੱਡੇ ਵੱਡੇ ਜਿਹੜੇ ਯੋਧੇ ਨੇ ਉਹ ਮੇਰੇ ਨਾਲ ਨੇ, ਤਾਂ ਮੈਨੂੰ ਕਿਸੇ ਦਾ ਡਰ ਨਹੀਂ ਹੈ। ਉਹ ਪੂਰੀ ਤਰ੍ਹਾਂ ਅਹੰਕਾਰ ਦੇ ਵਿੱਚ ਆ ਜਾਂਦਾ ਹੈ ਅਤੇ ਪੂਰਾ ਰੋਬ ਜਿਹੜਾ ਹੈ ਮਾਰਦਾ ਹੈ, ਅਤੇ ਉਹ ਇਸ ਗੱਲ 'ਤੇ ਅੜ ਜਾਂਦਾ ਹੈ ਕਿ ਭਾਈ ਦੇਸੂ ਸਿੰਘ ਜੀ ਹੁਣ ਮੈਨੂੰ 5 ਲੱਖ ਰੁਪਇਆ ਹੀ ਦੇਣਗੇ ਨਜ਼ਰਾਨਾ। ਪਰ ਭਾਈ ਦੇਸੂ ਸਿੰਘ ਜੀ ਇਨਕਾਰ ਕਰਦੇ ਹੋਏ ਉੱਥੋਂ ਚਲੇ ਜਾਂਦੇ ਨੇ। ਕੁਝ ਦਿਨ ਜਦੋਂ ਬੀਤਦੇ ਨੇ ਤਾਂ ਫਿਰ ਵਜ਼ੀਰ ਭਾਈ ਗਜਪਤ ਸਿੰਘ ਜੀ ਕੋਲ ਜਾਂਦਾ ਹੈ, ਸਰਦਾਰ ਗਜਪਤ ਸਿੰਘ ਜੀ ਨੂੰ ਕਹਿੰਦਾ ਹੈ ਕਿ ਸਾਨੂੰ ਸਲਾਹ ਦਿਓ, ਹੁਣ ਅਸੀਂ ਕੀ ਕਰੀਏ, ਹੁਣ ਅਸੀਂ ਅੱਗੇ ਵੀ ਵਧਣਾ ਹੈ ਤਾਂ ਅਸੀਂ ਹੁਣ ਕਿੱਦਾਂ ਕਰੀਏ। ਤਾਂ ਫਿਰ ਜਿਹੜੀ ਅਗਲੀ ਚਾਲ ਹੈ ਸਿੱਖਾਂ ਵੱਲੋਂ, ਸਿਆਸਤਦਾਨਾਂ ਵੱਲੋਂ ਚੱਲੀ ਜਾਂਦੀ ਹੈ, ਉਹ ਇਹ ਸੀ ਕਿ ਸਰਦਾਰ ਗਜਪਤ ਸਿੰਘ ਜੀ ਉਸ ਵਜ਼ੀਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦੇ ਨੇ। ਉਹ ਕਹਿੰਦੇ ਨੇ ਕਿ ਜੇਕਰ ਭਾਈ ਦੇਸੂ ਸਿੰਘ ਜੀ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਉਹ ਹੁਣ ਤੁਹਾਨੂੰ ਨਜ਼ਰਾਨਾ ਨਹੀਂ ਦੇਣਗੇ।
ਤੁਸੀਂ ਇੱਕ ਕੰਮ ਕਰੋ, ਤੁਸੀਂ ਸਾਨੂੰ ਸਾਰੇ ਸਰਦਾਰਾਂ ਨੂੰ ਮੇਰੇ ਸਮੇਤ ਗ੍ਰਿਫਤਾਰ ਕਰ ਲਓ। ਇਹ ਕਹਿ ਕੇ ਕਿ ਜਿਹੜੇ ਸਾਰੇ ਸਰਦਾਰ ਨੇ ਉਹ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਗਏ ਨੇ। ਅਤੇ ਫਿਰ ਤੁਸੀਂ ਕੁਝ ਦਿਨ ਪਿੱਛੋਂ ਸਾਨੂੰ ਸਾਰੇ ਸਰਦਾਰਾਂ ਨੂੰ ਛੱਡ ਦਿਓ ਅਤੇ ਤੁਸੀਂ ਭਾਈ ਦੇਸੂ ਸਿੰਘ ਜੀ ਨੂੰ ਰਿਹਾ ਨਾ ਕਰਿਓ। ਵਜ਼ੀਰ ਅਬਦੁਲ ਅਹਿਦ ਖਾਨ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਅਤੇ ਉਹ ਸੋਚਦਾ ਹੈ ਕਿ ਇਹ ਤਾਂ ਬਹੁਤ ਹੀ ਵਧੀਆ ਸਲਾਹ ਹੈ, ਤਾਂ ਉਹ ਇਸੇ ਤਰ੍ਹਾਂ ਕਰਦਾ ਹੈ। ਕੁਝ ਦਿਨ ਪਿੱਛੋਂ ਸਾਰੇ ਸਰਦਾਰਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਅਤੇ ਕੁਝ ਦਿਨ ਬਾਅਦ ਉਹਨਾਂ ਨੂੰ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਹੈ ਕਿ ਜਿਹੜੇ ਸਰਦਾਰ ਨੇ ਕਿ ਉਹ ਨਜ਼ਰਾਨਾ ਦੇਣ ਲਈ ਮੰਨ ਗਏ ਨੇ, ਪਰ ਭਾਈ ਦੇਸੂ ਸਿੰਘ ਜੀ ਨੂੰ ਨਹੀਂ ਛੱਡਿਆ ਜਾਂਦਾ। ਜਿਸ ਤੋਂ ਬਾਅਦ ਭਾਈ ਦੇਸੂ ਸਿੰਘ ਜੀ 1,00,000 ਰੁਪਇਆ ਨਜ਼ਰਾਨਾ ਦਿੰਦੇ ਨੇ ਅਤੇ ਫਿਰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਪਰ ਵਜ਼ੀਰ ਜਿਹੜਾ ਹੈ ਉਹ ਆਪਣੀ ਫਿਰ ਤੋਂ ਚਲਾਕੀ ਖੇਡਦਾ ਹੈ ਅਤੇ ਉਹਨਾਂ ਦੇ ਪੁੱਤਰ ਨੂੰ ਗਹਿਣੇ ਰੱਖ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਜਦੋਂ ਤੁਸੀਂ ਬਾਕੀ ਦੀ ਰਕਮ ਦੇਵੋਗੇ ਤਾਂ ਅਸੀਂ ਤੁਹਾਡੇ ਪੁੱਤਰ ਨੂੰ ਰਿਹਾ ਕਰ ਦੇਵਾਂਗੇ। ਹੁਣ ਦੇਖੋ ਇੱਥੇ ਇਹ ਚਾਲ ਚੱਲਣ ਦਾ ਕੀ ਮਤਲਬ ਸੀ ਉਹ ਤੁਹਾਨੂੰ ਸਮਝਾਉਂਦੇ ਹਾਂ ਕਿ ਸਰਦਾਰ ਗਜਪਤ ਸਿੰਘ ਜੀ ਨੇ ਇਹ ਚਾਲ ਕਿਉਂ ਚੱਲੀ। ਜਿਹੜੇ ਭਾਈ ਦੇਸੂ ਸਿੰਘ ਜੀ ਨੇ ਉਹਨਾਂ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਵੇਲੇ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਸੀ ਉਹਨਾਂ ਦੇ ਪਰਿਵਾਰ ਦਾ। ਹੁਣ ਜਦੋਂ ਉਹਨਾਂ ਦੇ ਨਾਲ ਇਹ ਘਟਨਾ ਵਾਪਰਦੀ ਹੈ ਤਾਂ ਪੂਰੇ ਸਿੱਖ ਕੌਮ ਦੇ ਵਿੱਚ ਅੱਗ ਦੀ ਲਹਿਰ ਜਿਹੜੀ ਹੈ ਦੌੜ ਜਾਂਦੀ ਹੈ, ਗੁੱਸੇ ਦੀ ਲਹਿਰ ਜਿਹੜੀ ਹੈ ਦੌੜ ਜਾਂਦੀ ਹੈ ਕਿ ਇਹ ਮੁਗਲਾਂ ਵੱਲੋਂ ਭਾਈ ਦੇਸੂ ਸਿੰਘ ਜੀ ਦਾ ਅਪਮਾਨ ਕੀਤਾ ਗਿਆ ਹੈ। ਸਿੱਖ ਜਿਹੜੇ ਨੇ ਫਿਰ ਤੋਂ ਇਕੱਠੇ ਹੋ ਜਾਂਦੇ ਨੇ ਅਤੇ ਭਾਈ ਬਘੇਲ ਸਿੰਘ ਜੀ ਅਤੇ ਭਾਈ ਗਜਪਤ ਸਿੰਘ ਜੀ ਆਪਣੀ ਇਸ ਚਾਲ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। 13 ਸਤੰਬਰ 1779 ਨੂੰ ਪਟਿਆਲੇ ਦੇ ਮਹਾਰਾਜੇ ਅਮਰ ਸਿੰਘ ਨੇ 5,00,000 ਦੀਆਂ ਹੁੰਡੀਆਂ ਦੇ ਕੇ ਆਪਣੇ ਦੀਵਾਨ ਨਾਨੂ ਮੱਲ ਅਤੇ ਮੀਰ ਮੁਨਸ਼ੀ ਰਾਮ ਦਿਆਲ ਨੂੰ ਭੇਜਿਆ ਵਜ਼ੀਰ ਅਬਦੁਲ ਅਹਿਦ ਖਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ, ਅਤੇ ਉਸਨੇ ਇਹ ਸੰਦੇਸ਼ ਵੀ ਭੇਜਿਆ ਕਿ ਇਹ ਤੁਹਾਨੂੰ ਅਸੀਂ ਨਜ਼ਰਾਨਾ ਭੇਟ ਕਰਦੇ ਹਾਂ ਜੇਕਰ ਤੁਸੀਂ ਆਪਣੀਆਂ ਸ਼ਾਹੀ ਫੌਜਾਂ ਲੈ ਕੇ ਵਾਪਸ ਦਿੱਲੀ ਨੂੰ ਰਵਾਨਾ ਹੋ ਜਾਂਦੇ ਹੋ। ਇਸ ਦੇ ਉੱਤੇ ਵਜ਼ੀਰ ਜੋ ਕਿ ਹੰਕਾਰਿਆ ਹੋਇਆ ਸੀ ਉਹ ਫਿਰ ਅੜ ਜਾਂਦਾ ਹੈ। ਉਹ ਕਹਿੰਦਾ ਹੈ ਕਿ ਇਹ ਹੁੰਡੀਆਂ ਇਹ ਨਜ਼ਰਾਨਾ ਮੈਂ ਫਿਰ ਹੀ ਸਵੀਕਾਰ ਕਰੂੰਗਾ ਜੇ ਪਟਿਆਲੇ ਦੇ ਮਹਾਰਾਜ ਆਪ ਆ ਕੇ ਮੇਰੇ ਨਾਲ ਭੇਟ ਕਰਨ ਅਤੇ ਆਪਣੇ ਹੱਥੀਂ ਮੈਨੂੰ ਇਹ ਨਜ਼ਰਾਨਾ ਭੇਟ ਕਰਨਗੇ। ਫਿਰ ਉਹਨਾਂ ਦੇ ਦੀਵਾਨ ਨਾਨੂ ਮੱਲ ਇਹ ਸੰਦੇਸ਼ ਦਿੰਦੇ ਨੇ ਕਿ ਮਹਾਰਾਜ ਨੇ ਇਹ ਸੰਦੇਸ਼ ਭੇਜਿਆ ਹੈ ਕਿ ਅਸੀਂ ਆਪ ਖੁਦ ਚੱਲ ਕੇ ਤੁਹਾਡੇ ਕੋਲ ਨਹੀਂ ਆਵਾਂਗੇ। ਫਿਰ ਕੀ ਹੁੰਦਾ ਹੈ ਕਿ ਉਹ ਵਜ਼ੀਰ ਅਬਦੁਲ ਅਹਿਦ ਖਾਨ ਜੋ ਕਿ ਪਹਿਲਾਂ ਹੀ ਹੰਕਾਰਿਆ ਹੋਇਆ ਹੈ, ਉਸਨੂੰ ਇਹ ਹੈ ਕਿ ਸਾਰੇ ਸਿੱਖ ਜਿਹੜੇ ਵੱਡੇ ਵੱਡੇ ਯੋਧੇ ਨੇ ਉਹ ਤਾਂ ਪਹਿਲਾਂ ਹੀ ਮੇਰੇ ਨਾਲ ਨੇ। ਉਹ ਕਹਿੰਦਾ ਹੈ ਕਿ ਜੇਕਰ ਤੁਹਾਡੇ ਮਹਾਰਾਜ ਨਹੀਂ ਆ ਸਕਦੇ ਤਾਂ ਸਾਡੀਆਂ ਫੌਜਾਂ ਜਿਹੜੀਆਂ ਨੇ ਉਹ ਪਟਿਆਲੇ 'ਤੇ ਹਮਲਾ ਕਰਨਗੀਆਂ। ਜਿਸ ਤੋਂ ਬਾਅਦ ਇਹੀ ਕਰਦਾ ਹੈ ਉਹ ਆਪਣੀ ਫੌਜ ਨੂੰ ਜਿਹੜਾ ਹੈ ਹੁਕਮ ਜਾਰੀ ਕਰ ਦਿੰਦਾ ਹੈ ਕਿ ਅਸੀਂ ਪਟਿਆਲੇ ਵੱਲ ਨੂੰ ਕੂਚ ਕਰਾਂਗੇ। ਹੁਣ ਸ਼ਾਹੀ ਫੌਜਾਂ ਜਿਹੜੀਆਂ ਨੇ ਉਹ ਪਟਿਆਲੇ ਵੱਲ ਨੂੰ ਕੂਚ ਕਰਦੀਆਂ ਨੇ ਅਤੇ ਪਟਿਆਲੇ ਤੋਂ 15 ਕੁ ਕਿਲੋਮੀਟਰ ਪਿੱਛੇ ਆਪਣਾ ਡੇਰਾ ਲਗਾ ਲੈਂਦੀਆਂ ਨੇ। ਅਤੇ ਫਿਰ ਉਹ ਆਪਣੀ ਜਿਹੜੀ ਫੌਜ ਹੈ ਉਸਨੂੰ ਇਹ ਹੁਕਮ ਦਿੰਦਾ ਹੈ ਕਿ ਅਸੀਂ ਪਟਿਆਲੇ ਦੇ ਲਾਗਲੇ ਜਿਹੜੇ ਪਿੰਡ ਨੇ ਪਹਿਲਾਂ ਉਹਨਾਂ ਨੂੰ ਤਬਾਹ ਕਰਾਂਗੇ। ਅਤੇ ਇਸ ਦੌਰਾਨ ਜਿਵੇਂ ਕਿ ਸਰਦਾਰ ਬਘੇਲ ਸਿੰਘ ਜੀ ਨੇ ਪਹਿਲਾਂ ਹੀ ਪੂਰੀ ਵਿਉਂਤ ਜਿਹੜੀ ਹੈ ਰਚੀ ਹੁੰਦੀ ਹੈ,
ਉਸ ਦੇ ਅਨੁਸਾਰ ਹੀ ਜਿਹੜੇ ਹੈ ਸਾਰੇ ਸਿੱਖ ਕੰਮ ਕਰਦੇ ਨੇ। ਜਿਵੇਂ ਹੀ ਸ਼ਾਹੀ ਫੌਜਾਂ ਪਟਿਆਲੇ ਪਹੁੰਚਦੀਆਂ ਨੇ, ਉੱਧਰੋਂ ਸਤਲੁਜ ਪਾਰ ਤੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸੰਗਤ ਸਿੰਘ, ਮਹਾਂ ਸਿੰਘ ਸ਼ੁਕਰ ਚੱਕੀਆ, ਭੰਗੀ ਅਤੇ ਰਾਮਗੜੀਆਂ ਦੀ ਫੌਜ ਜਿਹੜੀ ਹੈ ਸਤਲੁਜ ਪਾਰ ਤੋਂ ਉੱਥੇ ਪਹੁੰਚ ਜਾਂਦੀ ਹੈ। ਇੱਥੇ ਹੀ ਬਸ ਨਹੀਂ ਹੁੰਦੀ, ਵਜ਼ੀਰ ਜਿਹੜਾ ਹੈ ਇਸ ਵਕਤ ਵੀ ਉਸਨੂੰ ਬਹੁਤ ਹੀ ਆਪਣੇ 'ਤੇ ਅਹੰਕਾਰ ਹੁੰਦਾ ਹੈ ਕਿ ਅਸੀਂ ਤਾਂ ਜਿੱਤ ਹੀ ਲਵਾਂਗੇ। ਸਭ ਤੋਂ ਵੱਡੀ ਸੱਟ ਉਹਨੂੰ ਉਸ ਵਕਤ ਵੱਜਦੀ ਹੈ ਜਦੋਂ ਸਰਦਾਰ ਗਜਪਤ ਸਿੰਘ ਦੇ ਪਾਸਿਓਂ ਜਿਹੜੇ ਸਿੱਖ ਉਸਨੇ ਆਪਣੀ ਫੌਜ ਦੇ ਵਿੱਚ ਸ਼ਾਮਿਲ ਕੀਤੇ ਹੁੰਦੇ ਨੇ ਉਹ ਵੀ ਬਾਗੀ ਹੋ ਜਾਂਦੇ ਨੇ। ਇੱਕ ਤਰਫ ਵੱਡੀ ਫੌਜ ਜਿਹੜੀ ਹੈ ਚੜ੍ਹ ਕੇ ਆ ਚੁੱਕੀ ਹੈ, ਪਟਿਆਲੇ ਦੀ ਫੌਜ ਖੜ੍ਹੀ ਹੈ, ਅਤੇ ਦੂਜੇ ਪਾਸੇ ਜਿਹੜੀ ਸਿੱਖ ਫੌਜ ਸੀ ਸ਼ਾਹੀ ਫੌਜ ਦੇ ਵਿੱਚ ਕੰਮ ਕਰ ਰਹੀ ਉਹ ਵੀ ਮੁਗਲਾਂ ਦੇ ਬਾਗੀ ਹੋ ਜਾਂਦੀ ਹੈ। ਇਹ ਵੇਖ ਕੇ ਵਜ਼ੀਰ ਅਬਦੁਲ ਅਹਿਦ ਖਾਨ ਅਤੇ ਬਾਦਸ਼ਾਹ ਦਾ ਪੁੱਤਰ ਘਬਰਾ ਜਾਂਦੇ ਨੇ, ਤਾਂ ਫਿਰ ਉਹ ਸਰਦਾਰ ਬਘੇਲ ਸਿੰਘ ਜੀ ਕੋਲੋਂ ਸਲਾਹ ਲੈਂਦੇ ਨੇ, ਤਾਂ ਉਸ ਵੇਲੇ ਸਰਦਾਰ ਬਘੇਲ ਸਿੰਘ ਜੀ ਮੁਸਕਰਾਉਂਦੇ ਨੇ ਅਤੇ ਕਹਿੰਦੇ ਨੇ ਉਹਨਾਂ ਨੂੰ ਕਿ ਹੁਣ ਤੁਹਾਡਾ ਜਿਹੜਾ ਹੈ ਇੱਥੋਂ ਵਾਪਸ ਜਾਣਾ ਸੌਖਾ ਨਹੀਂ ਹੈ, ਕਿਉਂਕਿ ਲਗਭਗ 2 ਲੱਖ ਦੇ ਕਰੀਬ ਜਿਹੜੀ ਹੈ ਫੌਜ ਸਤਲੁਜ ਪਾਰ ਤੋਂ ਪਹੁੰਚ ਚੁੱਕੀ ਹੈ ਇੱਥੇ, ਅਤੇ ਉਹਨਾਂ ਦਾ ਆਗੂ ਲਾਹੌਰ ਸਰਹੰਦ ਨੂੰ ਫਤਿਹ ਕਰਨ ਵਾਲਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੈ। ਹੁਣ ਤੁਸੀਂ ਇੱਥੋਂ ਸੌਖੇ ਨਹੀਂ ਜਾ ਸਕਦੇ। ਤਾਂ ਫਿਰ ਜਦੋਂ ਵਜ਼ੀਰ ਨੂੰ ਕੁਝ ਸਮਝ ਨਹੀਂ ਆਉਂਦੀ ਤਾਂ ਉਹ ਸਰਦਾਰ ਬਘੇਲ ਸਿੰਘ ਜੀ ਦੇ ਮਿੰਨਤਾਂ ਤਰਲੇ ਕਰਨ ਲੱਗਦਾ ਹੈ ਕਿ ਸਾਨੂੰ ਦਿੱਲੀ ਵਾਪਸ ਜਾਣ ਦਿਓ, ਜਿਸ 'ਤੇ ਭਾਈ ਬਘੇਲ ਸਿੰਘ ਜੀ ਕਹਿੰਦੇ ਨੇ ਕਿ ਭਾਈ ਹੁਣ ਖਾਲਸਿਆਂ ਤੋਂ ਬਚ ਕੇ ਜਾਣਾ ਇੰਨਾ ਸੌਖਾ ਨਹੀਂ, ਅਤੇ ਉੱਤੋਂ ਦੀ ਫੌਜਾਂ ਜਿਹੜੀਆਂ ਨੇ ਤਤਪਰ ਖੜੀਆਂ ਨੇ, ਅਤੇ ਦੂਸਰਾ ਇਹ ਸਾਰਾ ਇਲਾਕਾ ਜਿਹੜਾ ਹੈ ਸਿੱਖਾਂ ਦੇ ਅਧੀਨ ਹੈ, ਹੁਣ ਇਹ ਤੁਹਾਨੂੰ ਸੌਖਾ ਨਹੀਂ ਜਾਣ ਦੇਣਗੇ। ਤੁਸੀਂ ਇੱਕ ਕੰਮ ਕਰੋ, ਤੁਸੀਂ ਜਿਹੜੇ ਨਜ਼ਰਾਨੇ ਇਹਨਾਂ ਤੋਂ ਲਿੱਤੇ ਨੇ, ਰਾਜਿਆਂ ਤੋਂ ਲਿੱਤੇ ਨੇ, ਸਰਦਾਰਾਂ ਤੋਂ ਲਿੱਤੇ ਨੇ, ਉਹ ਵਾਪਸ ਕਰ ਦਿਓ। ਇਸ ਵੇਲੇ ਜਿਹੜਾ ਵਜ਼ੀਰ ਅਬਦੁਲ ਅਹਿਦ ਖਾਨ ਉਹ ਤਰਲਿਆਂ 'ਤੇ ਆ ਜਾਂਦਾ ਹੈ ਕਿ ਸਾਨੂੰ ਬਖਸ਼ ਦਿਓ, ਅਸੀਂ ਉਹੀ ਕਰਾਂਗੇ ਜੋ ਤੁਸੀਂ ਕਹੋਗੇ। ਤਾਂ ਸਰਦਾਰ ਬਘੇਲ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਤੁਸੀਂ ਨਜ਼ਰਾਨੇ ਲਿੱਤੇ ਨੇ, ਮਾਇਆ ਲਿੱਤੀ ਹੈ, ਉਹ ਇਹਨਾਂ ਨੂੰ ਵਾਪਸ ਕਰੋ, ਅਤੇ ਇਸ ਤੋਂ ਇਲਾਵਾ ਹੋਰ ਦੱਖਣਾ ਵੀ ਤੁਹਾਨੂੰ ਜਿਹੜੀ ਹੈ ਦੇਣੀ ਪਵੇਗੀ। ਤਾਂ ਫਿਰ ਵਜ਼ੀਰ ਅਤੇ ਸ਼ਹਿਜ਼ਾਦਾ ਜੋ ਨਜ਼ਰਾਨੇ ਉਹਨਾਂ ਨੇ ਲਿੱਤੇ ਸੀ ਉਹ ਤਾਂ ਵਾਪਸ ਕੀਤੇ ਹੀ ਕੀਤੇ, ਉਸ ਤੋਂ ਇਲਾਵਾ 7 ਲੱਖ ਰੁਪਇਆ ਹੋਰ ਉਹ ਖਾਲਸਿਆਂ ਨੂੰ ਦਿੰਦਾ ਹੈ। ਇੰਨਾ ਹੀ ਨਹੀਂ ਬਲਕਿ ਫੌਜ ਦੇ ਵਿੱਚ ਮੌਜੂਦਾ ਜਿਹੜੇ ਹਥਿਆਰ ਸੀ, ਚੰਗੇ ਹਥਿਆਰ, ਤੋਪਾਂ ਜਿਹੜੀਆਂ ਨੇ, ਉਹ ਸਭ ਕੁਝ ਉਹਨੂੰ ਖਾਲਸਾ ਫੌਜ ਨੂੰ ਦੇਣਾ ਪੈਂਦਾ ਹੈ। ਇਹ ਸਭ ਕੁਝ ਦੇਣ ਤੋਂ ਬਾਅਦ ਉਹ ਮੂੰਹ ਦੀ ਖਾ ਕੇ ਫਿਰ ਮੁੜਦਾ ਹੈ ਦਿੱਲੀ ਨੂੰ ਆਪਣੀ ਫੌਜ ਲੈ ਕੇ। ਸੋ ਇੱਥੇ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਕਿ ਇੰਨੀ ਵੱਡੀ ਫੌਜ, ਸ਼ਾਹੀ ਫੌਜ ਜਿਹੜੀ ਹੈ ਦਿੱਲੀ ਤੋਂ ਚੱਲ ਕੇ ਪੰਜਾਬ ਵੱਲ ਰੁੱਖ ਕਰਦੀ ਹੈ, ਅਤੇ ਇੱਧਰੋਂ ਵੀ ਵੱਡੀਆਂ ਵੱਡੀਆਂ ਫੌਜਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਬਘੇਲ ਸਿੰਘ ਜੀ, ਪਟਿਆਲੇ ਦੇ ਰਾਜਾ, ਕਿੰਨੀਆਂ ਵੱਡੀਆਂ ਜਿਹੜੀਆਂ ਫੌਜਾਂ ਹੈ ਦੋਵੇਂ ਖੜੀਆਂ ਰਹਿੰਦੀਆਂ ਨੇ, ਪਰ
ਸੂਝਵਾਨ ਸਿਆਸਤਦਾਨ ਸਰਦਾਰ ਬਘੇਲ ਸਿੰਘ ਜੀ ਨੂੰ ਸਲਾਮ ਹੈ, ਜਿਨ੍ਹਾਂ ਦੀ ਸੂਝਵਾਨਤਾ ਦੇ ਨਾਲ ਕਿ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੁੰਦਾ ਅਤੇ ਉਹ ਕਿੰਨੀ ਆਰਾਮ ਦੇ ਨਾਲ, ਕਿੰਨੀ ਸੂਝਵਾਨਤਾ ਦੇ ਨਾਲ ਇਸ ਪੂਰੇ ਮਸਲੇ ਨੂੰ ਸੁਲਝਾਉਂਦੇ ਨੇ ਅਤੇ ਵੱਡੀ ਬਿਪਤਾ ਨੂੰ ਜਿਹੜਾ ਹੈ ਸਿੱਖ ਕੌਮ ਦੇ ਉੱਤੋਂ ਟਾਲ ਦਿੰਦੇ ਨੇ। ਇਸ ਤੋਂ ਬਾਅਦ ਦਿੱਲੀ ਦੀ ਸ਼ਾਹੀ ਫੌਜਾਂ ਤਾਂ ਮੁੜ ਗਈਆਂ ਅਤੇ ਇੱਕ ਵਾਰ ਫਿਰ ਤੋਂ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਪ੍ਰੇਮ ਪਿਆਰ ਜਿਹੜਾ ਹੈ ਪੈ ਜਾਂਦਾ ਹੈ ਅਤੇ ਉਹ ਆਪਣੀ ਏਕਤਾ ਦਾ ਸਬੂਤ ਫਿਰ ਤੋਂ ਦਿੰਦੇ ਨੇ। ਸੋ ਇਹ ਸੀ ਜੀ ਇੱਕ ਕਿੱਸਾ ਸਰਦਾਰ ਬਘੇਲ ਸਿੰਘ ਜੀ ਦਾ। ਜੇਕਰ ਤੁਹਾਨੂੰ ਚੰਗਾ ਲੱਗਾ ਹੋਵੇ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਆਪਣੇ ਵਿਚਾਰ ਅਤੇ ਸਰਦਾਰ ਬਘੇਲ ਸਿੰਘ ਜੀ ਬਾਰੇ ਤੁਸੀਂ ਕੁਝ ਜਾਣਦੇ ਹੋਵੋ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਂਝਾ ਕਰ ਸਕਦੇ ਹੋ। ਅਤੇ ਇਤਿਹਾਸ ਦੱਸਣ ਵੇਲੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਸ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਅਤੇ ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਦੇਖਣ ਦੇ ਲਈ, ਸਿੱਖ ਇਤਿਹਾਸ ਦੇ ਬਾਰੇ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਅਪਡੇਟ ਦੇ ਲਈ ਵੇਖਦੇ ਰਹੋ ਸਿੱਖ ਯੂਨੀਵਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।